ਅੰਮ੍ਰਿਤਸਰ ਦੇ ਖਾਸਾ ਕਾਲਜ ਦੇ ਹੋਸਟਲ ਵਿੱਚ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਦੇਰ ਸ਼ਾਮ ਆਪਣੇ ਹੀ ਕਮਰੇ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਦੀ ਵਜ੍ਹਾ ਕਾਲਜ ਪ੍ਰਸ਼ਾਸਨ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ। ਜਿਵੇਂ ਹੀ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰਨ ਦੇ ਨਾਲ ਨਾਲ ਕਾਲਜ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਜੋ ਕਿ ਸਾਰੀ ਰਾਤ ਚੱਲਦਾ ਰਿਹਾ। ਜਾਣਕਾਰੀ ਮੁਤਾਬਿਕ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਨਾਮ ਹਰਪ੍ਰੀਤ ਸਿੰਘ ਹੈ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਇੱਥੇ ਖੇਤੀਬਾੜੀ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਨੂੰ ਕਾਲਜ ਦੇ ਸਟਾਫ ਵੱਲੋਂ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ। ਫਿਲਹਾਲ ਇਸ ਮਾਮਲੇ ਬਾਰੇ ਪੁਲਿਸ ਅਤੇ ਕਾਲਜ ਪ੍ਰਸ਼ਾਸਨ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਉਹਦਾ ਨਾਮ ਡਿਟੇਨ ਲਿਸਟ ਵਿੱਚ ਆ ਗਿਆ ਸੀਗਾ ਅਤੇ ਉਹਨੇ ਪ੍ਰੈਕਟੀਕਲ ਦੇਣੇ ਸੀ। ਉਹ ਐਪਲੀਕੇਸ਼ਨ ਲੈ ਕੇ ਪਹਿਲਾਂ ਰਜਿਸਟਰਾਰ ਸਰ, ਪਹਿਲਾਂ HOD ਕੋਲ ਗਿਆ, ਫਿਰ ਰਜਿਸਟਰਾਰ ਸਰ ਕੋਲ, ਫਿਰ ਪ੍ਰਿੰਸੀਪਲ ਸਰ ਕੋਲ, ਪਰ ਕਿਸੇ ਨੇ ਉਹਦੀ ਗੱਲ ਨਹੀਂ ਸਿਰੇ ਲਾਈ। ਬਲਕਿ ਸਾਰੇ ਬਾਕੀ ਜਿਹੜੇ ਪਹਿਲਾਂ ਜਿੰਨੇ ਵੀ ਸਟੂਡੈਂਟ ਗਏ ਸੀਗੇ ਡਿਟੇਨ ਹੋਏ ਅਤੇ ਉਹ ਆਪਣੇ ਪ੍ਰੈਕਟੀਕਲ ਦੇ ਚੁੱਕੇ ਆ ਅਤੇ ਉਹਨਾਂ ਦੇ ਸਾਰਿਆਂ ਦੇ ਸਾਈਨ ਹੋਏ ਆ। ਸਾਡੇ ਨਾਲ ਇਹਨਾਂ ਦੀ ਆਪਣੀ ਖੁੰਦਕ ਕਰਕੇ ਸਾਡੇ ਸਾਈਨ ਨਹੀਂ ਕੀਤੇ ਗਏ ਅਤੇ ਇਸੇ ਦਬਾਅ 'ਚ ਆ ਕੇ ਉਹ ਬੰਦੇ ਨੇ ਅੱਜ ਫਾਹਾ ਲਿੱਤਾ ਜੀ ਕਮਰੇ ਦੇ ਵਿੱਚ।